ਬ੍ਰੇਕਟ ਦੇ ਅੰਦਰ ਤੋਂ ਪਹਿਲਾ ਸਵਾਲ ਪੁੱਛਿਆ ਸੀ ਕਿ ਕੀ 2017 ਪੰਜਾਬ ਵਿਧਾਨ ਸਭਾ ਚੋਣਾਂ ਇੱਕ ਗੇਰ ਚੋਣੀਆਂ ਚਾਹੀਦੀਆਂ ਨੇ ਰਾਏ ਤੁਸੀਂ ਸਾਡੇ ਨਾਲ ਸੰਜਖਾ ਕਰ ਸਕਦੇ ਹੋ ਮੈਸੇਜ ਦੇ ਜ਼ਰੀਏ ਹਾਂ ਦੇ ਲਈ ਟਾਈਪ ਕਰੋ ZPHS ਸਪੇਸ ਦਿਓ ਵਾਹ ਤੇ ਨਾਂ ਦੇ ਲਈ ਟਾਈਪ ਕਰੋ ZPHS ਸਪੇਸ ਦਿਓ ਐਨ ਤੇ ਆਪਣੇ ਜਵਾਬ 55753 SMS ਕਰ ਦਿਓ ਇਸ ਵੇਲੇ ਸਾਡੇ ਨਾਲ ਪਹਿਲੇ ਕਾਲਰ ਜੁੜ ਚੁੱਕੇ ਨੇ ਗੁਰਚਰਨ ਜੀ ਲੁਧਿਆਣਾ ਤੋਂ ਗੁਰਚਰਨ ਜੀ ਕੀ ਕਹਿਣਾ ਚਾਹੋਗੇ ਗੁਰਚਰਨ ਜੀ ਤੁਹਾਡੇ ਤੱਕ ਆਵਾਜ਼ ਪਹੁੰਚ ਰਹੀ ਹੈ

इस्तेमाल किया जाए क्योंकि पूरे पंजाब के लोग सुन रहे सूबे की जनता सुन रही है खास मेहमान जो ने बहुत ही मेहमान अला चाहे कि सारे ही सन्मान दिनाल ही जो है संबोधन कर इस न अगले कॉलर भी जुड़ चुके ने तरन तारण तो बलविंदर जी तरन तारण जी आ, स, माफ करना बलविंदर जी अगले कॉलर जुड़ चुके ने बलविंदर जी की कहना चाहोगे ਅਈ ਇਹ ਕਹਿਣਾ ਚਾਹੁੰਦੇ ਆ ਜਿਹੜੇ ਮੁੱਦੇ ਕੇ ਬਾਦ ਉੱਤੀ ਉੱਤੇ ਗੱਲ ਕਰਨਾ ਜੋਛੀ ਹੋਣੀ ਦਿੰਪੇ ਨੇ ਕੀ ਰੌਲਾ ਪਾਈ ਜਾਂਦੇ ਬਲਵਿੰਦਰ ਜੀ ਬਲਵਿੰਦਰ ਜੀ ਤੁਸੀਂ ਵੀ ਮੁੱਦੇ ਤੇ ਗੱਲ ਰੱਖ ਲਓ ਮੁੱਦੇ ਨਾਲ ਜੁੜਿਆ ਹੋਇਆ ਸਵਾਲ ਸਾਡਾ ਹੈ ਅਸੀਂ ਲਗਾਤਾਰ ਟੀਵੀ ਸਕਰੀਨ ਤੇ ਫਲੈਸ਼ ਕਰ ਰਹੇ ਆ ਤੇ ਇਸ ਤੇ ਨਾਲ ਜੁੜੀ ਹੋਈ ਤੁਸੀਂ ਆਪਣੀ ਰਾਏ ਜੋ ਹੈ ਸਾਡੇ ਨਾਲ ਸਾਂਝਾ ਕਰ ਸਕਿਓ ਮੈਸੇਜ ਦੇ ਜ਼ਰੀਏ ਵੀ ਸੜੇ ਖਾਸ ਮਹਿਮਾਨ ਲਗਾਤਾਰ ਸਾਡੇ ਨਾਲ ਬਨੇ ਹੋਏ ਨੇ ਗੁਰਪ੍ਰਤਾਪ ਜੀ ਉਹਨਾਂ ਮੈਂ ਤੁਹਾਡੇ ਤੋਂ ਜਾਨਣਾ ਚਾਹੂੰਗੀ ਚੋਣ ਕਮਿਸ਼ਨ ਨੇ ਵੀ ਕਈ ਸੁਝਾਅ ਦਿੱਤੇ ਨੇ ਤਾਂ ਕਿ ਪਾਰਦਰਸ਼ਤਾ ਆਵੇ ਚੋਣਾਂ ਦੇ ਵਿੱਚ ਤੁਸੀਂ ਸਹਿਮਤ ਹੋ ਉਹਨਾਂ ਦੇ ਨਾਲ ਕਿ ਬੈਂਕ ਅਕਾਊਂਟ ਡਿਟੇਲਸ ਜੋ ਹੈ ਸਾਰੀਆਂ ਹੋਣੀਆਂ ਚਾਹੀਦੀਆਂ ਨੇ ਪੂਰਾ ਵੇਰਵਾ ਦਿੱਤਾ ਜਾਣਾ ਚਾਹੀਦਾ ਹੈ ਤੇ ਚੰਦੇ ਨਾਲ ਰਿਲੇਟਿਡ ਵੀ ਕਈ ਸੁਝਾਅ ਦਿੱਤੇ ਨੇ ਉਸ ਨਾਲ ਸਹਿਮਤ ਹੋ ਇੱਕ ਇੱਥੇ ਪੰਨਾ ਇੱਧਰ ਹੀ ਗੁਰਪ੍ਰਤਾਪ ਜੀ ਤੁਹਾਡੇ ਤੱਕ ਆਵਾਜ਼ ਪਹੁੰਚ ਰਹੀ ਹੈ ਗੁਰਪ੍ਰਤਾਪ ਜੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਆ ਇਸ ਵਿਚਾਲੇ ਵਿਨਿਤ ਜੋਸ਼ੀ ਜੀ ਵੀ ਜੁੜੇ ਹੋਏ ਨੇ ਵਿਨਿਤ ਜੋਸ਼ੀ ਜੀ ਮੇਰਾ ਸਵਾਲ ਤੁਹਾਡੇ ਤੋਂ ਉਹੀ ਹੈ ਕਿ ਤੁਸੀਂ ਚੋਣ ਕਮਿਸ਼ਨ ਦੇ ਸੁਝਾਅ ਨਾਲ ਸਹਿਮਤ ਹੋ ਜਿਸ ਤਰ੍ਹਾਂ ਦੇ ਬਦਲਾਅ ਦੀ ਗੱਲ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਦੀਆਂ ਸਿਫਾਰਸ਼ਾਂ ਕੀਤੀਆਂ ਗਈਆਂ ਨੇ ਸਰਕਾਰ ਨੂੰ ਉਸ ਨਾਲ ਫਿਰ ਇਹਨਾਂ ਨੇ ਕੀਤਾ ਕਿ ਦੀਪੂਆਂ ਤੇ ਚੜ੍ਹਾ ਕੇ ਫੇਰ ਭੇਜੀਏ ਦੇਖੋ ਅਸੀਂ ਚੋਣਵਾ ਦੇ ਅੰਦਰ ਟਰਾਂਸਪੇਰੈਂਸੀ ਲਿਆਉਣ ਦਾ ਚੋਣਵਾ ਦੇ ਅੰਦਰ ਜਿਹੜਾ ਹੈ ਮਾਲ ਪ੍ਰੈਕਟਿਸਸ ਖਤਮ ਕਰਨ ਦਾ ਚੋਣਵਾ ਦੇ ਅੰਦਰ ਉਹ ਸਾਰੀਆਂ ਚੀਜ਼ਾਂ ਜਿਹਦੇ ਨਾਲ ਇੱਕ ਦਾੰਦਾ ਔਰ ਬਲਦਾ ਦੁਰਪੇਉ ਖਤਮ ਹੁੰਦਾ ਹੈ ਉਹਨਾਂ ਸਾਰੇ ਸੁਝਾਵਾਂ ਦਾ ਵੈਲਕਮ ਕਰਦੇ ਆਂ ਦੇਖੋ ਇਲੈਕਸ਼ਨ ਕਮਿਸ਼ਨ ਨੇ ਕਈ ਸਾਰੀ ਰਿਕਮੈਂਡੇਸ਼ਨ ਦਿੱਤੀਆਂ ਔਰ ਲੋਕ ਕਮਿਸ਼ਨ ਕੋਲ ਪੈਂਡਿੰਗ ਵੀ ਹੈ ਔਰ ਉਸ ਚ ਇਹ ਹੈ ਕਿ ਇੱਕ ਬੰਦਾ ਇੱਕ ਜਗ੍ਹਾ ਤੇ ਚੋਣ ਲੜੇਗਾ ਫਿਰ ਉਹਨਾਂ ਚ ਕੁਝ ਪੋਲਿਟੀਕਲ ਪਾਰਟੀਆਂ ਨੂੰ ਵੀ ਹਟਾਉਂਦਾ ਹੈਗਾ ਜਿਹੜੀ ਪੋਲਿਟੀਕਲ ਪਾਰਟੀਆਂ ਦਾ ਨਾਤਾ ਇਲੈਕਸ਼ਨ ਲੜ ਰਹੀਆਂ ਤੇ ਨਾ ਹੀ ਉਹ ਪੋਲਿਟੀਕਲ ਪਾਰਟੀਆਂ ਜੜੀਆਂ ਕਿਤੇ ਐਗਜ਼ਿਸਟ ਕਰ ਰਹੀਆਂ ਨੇ ਲਗਭਗ 2000 ਦੇ ਕਰੀਬ ਟੋਟਲ ਪੋਲਿਟੀਕਲ ਪਾਰਟੀਆਂ ਨੇ ਉਹਨਾਂ ਵਿੱਚੋਂ 7 ਨੈਸ਼ਨਲ ਪਾਰਟੀਆਂ ਨੇ 58 ਰੀਜਨਲ ਨੇ ਔਰ 1786 ਪਾਰਟੀਆਂ ਦਾ ਪਤਾ ਹੀ ਨਹੀਂ ਕਿਹੜੀਆਂ ਜਿਸ ਤੇ ਬਲੈਕ ਮਨੀ ਰੱਖਣ ਦਾ ਕੋਈ ਤਰੀਕਾ ਜਰੀਆ ਉਹਨਾਂ ਬਣਾ ਰੱਖਿਆ ਹੈ ਅਸੀਂ ਇਲੈਕਸ਼ਨ ਕਮਿਸ਼ਨ ਦੀ ਹਰ ਉਹ ਐਫਰਟ ਜਿਸ ਐਫਰਟ ਦੇ ਰਾਹੀਂ ਦੇਸ਼ ਦੇ ਅੰਦਰ ਚੋਣਾਂ ਟ੍ਰਾਂਸਪੇਰੈਂਟ ਹੁੰਦਾ ਹੈ ਔਰ ਇੱਕ ਆਦਮੀ ਜਿਹੜਾ ਚਾਹ ਦੀ ਦੁਕਾਨ ਲਗਾਉਂਦਾ ਹੈ ਜਾਂ ਇੱਕ ਆਦਮੀ ਜੋ ਗਰੀਬ ਹੈ ਉਹ ਵੀ ਚੋਣਾਂ ਲੜ ਪਾਏ ਇਨੀ ਹਿੰਮਤ ਦਿਖਾਏ ਅਸੀਂ ਇਸ ਲੈਵਲ ਤੱਕ ਚਾਹੁੰਦੇ ਕਿ ਚੋਣ ਕਮਿਸ਼ਨ ਰਿਫਾਰਮਸ ਲੈ ਕੇ ਆਵੇ ਠੀਕ ਹੈ ਰਿੰਪਲ ਜੀ ਤੁਸੀਂ ਇੰਨਾ ਸਦਾਰਾ ਤੋਂ ਸੰਤੁਸ਼ਟ ਹੋ ਬਿਲਕੁਲ ਇੰਦਰਜੀ ਜੀ ਮੈਂ ਤਾਂ ਪਹਿਲਾਂ ਹੀ ਇਹੀ ਚਾਹੁੰਦਾ ਸੀਗਾ ਕਾਲਰਜ਼ ਨੇ ਵੀ ਕਹਿ ਮੈਂ ਇਲੈਕਟਰਲ ਰਿਫਾਰਮ ਤੇ ਹੀ ਗੱਲ ਕਰਨਾ ਚਾਹੁੰਦਾ ਸੀ ਦੇਖੋ ਇਸ ਵੇਲੇ ਜੋ ਹਾਲਾਤ ਹਨ ਉਹਨਾਂ ਹਾਲਾਤਾਂ ਦੇ ਮੱਦੇ ਨਜ਼ਰ ਜੋ ਜੋ ਚੀਜ਼ਾਂ ਚ ਸੁਧਾਰ ਹੋਣੇ ਚਾਹੀਦੇ ਹਨ ਇਹ ਜਿਹੜੀ ਪੰਜਾਬ ਦੀ ਜਨਤਾ ਵੀ ਚਾਹੁੰਦੀ ਹੈ ਔਰ ਜਿਹੜੇ ਜਿਹੜੀਆਂ ਸੀਰੀਅਸ ਨੇ ਪਾਰਟੀਆਂ ਉਹ ਵੀ ਚਾਹੁੰਦੀਆਂ ਨੇ ਕਿ ਸਭ ਤੋਂ ਪਹਿਲਾਂ ਜਿਹੜਾ ਇਨੀਆਂ ਪਾਰਟੀਆਂ ਜਾ ਜਿਹੜੀਆਂ ਬਣੀਆਂ ਹੋਈਆਂ ਹਨ ਉਸ ਦੇ ਉੱਤੇ ਪਤਾ ਲੱਗੇ ਕਿ ਉਹ ਪਾਰਟੀਆਂ ਕੌਣ ਹਨ ਕੋਈ ਕਿਸ ਤਰੀਕੇ ਨਾਲ ਉਹ ਵਿਚਰ ਰਹੀਆਂ ਹਨ ਉਹ ਪਾਰਟੀਆਂ ਦੀ ਜਿਹੜੀ ਆ ਉਹ ਮਾਨਤਾ ਰੱਦ ਹੋਣੀ ਚਾਹੀਦੀ ਹੈ ਜੀਆਂ ਪਾਰਟੀਆਂ ਦੀ ਨੰਬਰ 2 ਜਿਹੜੀ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਸੀ ਜਾਤੀ ਤੌਰ ਤੇ ਐ ਮੈਂ ਇਹ ਚਾਹੁੰਦਾ ਸੀਗਾ ਕਿ ਚੋਣ ਕਮਿਸ਼ਨਰ ਜਿੱਕਰ ਜਿਹੜੇ ਆਜ਼ਾਦ ਤੌਰ ਦੇ ਉੱਤੇ ਕੈਂਡੀਡੇਟ ਖੜੇ ਹੁੰਦੇ ਨੇ ਜੀ ਉਹ ਆਜ਼ਾਦ ਤੌਰ ਤੇ ਕੈਂਡੀਡੇਟ ਖੜੇ ਹੋਣ ਵਾਸਤੇ ਉਹ ਚੋਣ ਕਮਿਸ਼ਨਰ ਨੂੰ 6 ਮਹੀਨੇ ਪਹਿਲਾਂ ਇੱਕ ਇੰਡੀਪੈਂਡੈਂਟ ਕੈਂਡੀਡੇਟ ਵਜੋਂ ਉਹਨਾਂ ਦੀ ਅਪਰੂਵਲ ਲੈਣ ਜੀ ਔਰ ਉਹ ਅਪਰੂਵਲ ਲੈਣ ਤੋਂ ਬਾਅਦ ਜਿਹੜਾ ਉਹ ਚੋਣ ਮੈਦਾਨ ਦੇ ਵਿੱਚ ਨਿੱਤਰ ਸਕਣ ਇੱਕ ਇਸ ਤਰ੍ਹਾਂ ਦਾ ਪ੍ਰਬਧਾਨ ਵੀ ਹੋਣਾ ਚਾਹੀਦਾ ਹੈ ਜੀਵੀਐਮ ਵੀ ਜਿਹੜੀ ਹੁਣ ਹੈ ਕਿਸੇ ਨਾ ਕਿਤੇ ਆਊਟਡੇਟਡ ਲੱਗਦੀ ਹੈ ਉਹ ਈਵੀਐਮ ਵੀ ਅਪਡੇਟ ਹੋਣੀ ਚਾਹੀਦੀ ਹੈ ਔਰ ਨਾਲ ਦੀ ਨਾਲ ਮੈਂ ਇਹ ਵੀ ਕਹਿ ਰਿਹਾ ਸੀ ਕਿ ਜਿਹੜੀ ਪਾਰਟੀ ਹੈ ਨਾ ਉਹ ਜਿਵੇਂ ਅੱਜ ਸ਼ਾਮ ਨੂੰ ਬੰਦੇ ਨੇ ਮਨ ਚ ਸੋਚਿਆ ਤੇ ਸਵੇਰੇ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਇਹ ਜਿਹੜੀ ਹੈ ਇਹ ਵੀ ਬੜੀ ਜਦੋਂ ਇਸ ਨੂੰ ਵੇਖੀਏ ਜਾਂ ਸੋਚੀਏ ਜਾਂ ਸਮਝੀਏ ਤਾਂ ਇਹ ਐਂ ਲੱਗਦਾ ਹੈ ਕਿ ਇਹ ਜਿਵੇਂ ਇੱਕ ਖੇਡ ਬਣ ਗਈ ਹੋਵੇ ਇਹ ਇਸ ਦੇ ਉੱਤੇ ਵੀ ਇੱਕ ਵਿਵਸਥਾ ਇਸ ਤਰੀਕੇ ਦੀ ਹੋਣੀ ਚਾਹੀਦੀ ਹੈ ਜਿਹੜੀ ਕਿ ਪਾਰਟੀ ਬਣਾਉਣ ਦੇ ਲਈ ਵੀ ਉਹ ਜਨਤਾ ਦਾ ਜਿਹੜਾ ਹੈਗਾ ਉਹ ਫਤਵਾ ਹਾਸਲ ਕਰੇ ਤਾਂ ਹੀ ਉਹ ਪਾਰਟੀ ਫਾਰਮ ਕਰ ਪਾਵੇ ਮੇਰੀ ਇਹ ਕੁਝ ਨਿੱਜੀ ਵਿਚਾਰ ਹਨ ਮੇਰੀ ਪਾਰਟੀ ਵੱਲੋਂ ਕਿ ਇਲੈਕਟਰਲ ਰਿਫਾਰਮ ਇਸ ਤਰੀਕੇ ਨਾਲ ਜਿਹੜਾ ਇਨੀਸ਼ੀਏਟ ਕਰਨਾ ਬਣਦਾ ਹੈ ਠੀਕ ਯਾਨੀ ਕਿ ਬਦਲਾਵਾਂ ਦੀ ਲੋੜ ਹੈਗੀ ਹੈ ਗੁਰਪ੍ਰਤਾਪ ਸਿੰਘ ਜੀ ਤੁਹਾਨੂੰ ਲੱਗਦਾ ਹੈ ਕਿ ਇਸ ਵੇਲੇ ਚੋਣ ਸੁਧਾਰ ਦੀ ਲੋੜ ਹੈ ਜਿਸ ਤਰ੍ਹਾਂ ਦੇ ਨਾਲ ਚੋਣ ਕਮਿਸ਼ਨ ਨੇ ਸਿਫਾਰਿਸ਼ਾਂ ਕੀਤੀਆਂ ਨੇ ਸਰਕਾਰ ਨੂੰ ਉਸ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਉਹ ਸਿਫਾਰਿਸ਼ਾਂ ਲਾਗੂ ਹੋ ਜਾਂਦੀਆਂ ਨੇ ਦਾ ਸੁਧਾਰ ਹੋ ਸਕਦਾ ਚੋਣਾਂ ਦੇ ਵਿੱਚ ਵੇਖੋ ਜੀ ਇਲੈਕਸ਼ਨ ਤੋਂ ਪਹਿਲਾਂ ਚੋਣ ਅਬਜ਼ਰਵਰ ਜਾਂ ਜਿਹੜੇ ਚੋਣ ਪੰਜਾਬ ਦੇ ਇੰਚਾਰਜ ਸੀ ਸਾਡੇ ਨਾਲ ਵੀ ਮੀਟਿੰਗਾਂ ਹੋਈਆਂ ਉੱਥੇ ਉਹਨਾਂ ਨੇ ਹਰ ਇੱਕ ਪਾਰਟੀ ਦੇ ਜਿਹੜੇ ਮੇਨ ਸ਼ਹਿਰੀ ਪ੍ਰਧਾਨ ਸੀ ਜਾਂ ਜਿਹੜੇ ਵੀ ਉਹਨਾਂ ਦੇ ਐਮ.ਐਲ.ਏ ਸਹਿबान ਸੀ ਉਹਨਾਂ ਨੂੰ ਮੌਕਾ ਦਿੱਤਾ ਆ ਕੇ ਆਪਣੀ ਗੱਲ ਰੱਖਣ ਦਾ ਉਹਨਾਂ ਦੇ ਵਿਚਾਰ ਜਾਣੇ ਅਸੀਂ ਆਪਣੇ ਵੱਲੋਂ ਜੋ-ਜੋ ਸਾਨੂੰ ਠੀਕ ਲੱਗਦਾ ਸੀ ਵੀ ਇਲੈਕਸ਼ਨ ਚ ਐਦਾਂ ਹੋਣਾ ਚਾਹੀਦਾ ਸੀ ਦਿੱਤੇ ਆਪ ਵਾਲਿਆਂ ਨੇ ਵੀ ਦਿੱਤੇ ਬੀਐਸਪੀ ਨੇ ਵੀ ਦਿੱਤੇ ਕਾਂਗਰਸ ਦੇ ਵੀ ਬੰਦੇ ਆਏ ਸੀ ਸੋ ਉਹ ਇੰਡੀਪੈਂਡੈਂਟ ਅਥਾਰਟੀ ਹੈ ਜਿੱਦਾਂ ਵੀ ਉਹਨਾਂ ਨੂੰ ਠੀਕ ਲੱਗਦਾ ਜੋ ਪਿਛਲੀਆਂ ਇਲੈਕਸ਼ਨ ਜਿੱਦਾਂ ਹੋਈਆਂ ਨੇ ਜੋ ਦੇਖੋ ਅਸੀਂ ਇੱਕੋ ਗੱਲ ਕਹਿਣਾ ਚਾਹੁੰਨਾ ਅਸੀਂ ਜਿੰਨੀ ਮਰਜ਼ੀ ਇਹ ਕੈਦਨ ਪੈਰਾਮਿਲਟਰੀ ਫੋਰਸ ਲਾ ਦੇਣ ਅਸੀਂ ਵਿਚਾਰਦੇ ਹਾਂ ਜੋਲ ਮਰਜ਼ੀ ਲਾ ਦੇਣ ਜਦੋਂ ਸਾਨੂੰ ਆਪਣੇ ਪੰਜਾਬ ਦੇ ਲੋਕਾਂ ਤੇ ਵਿਸ਼ਵਾਸ ਹੈ ਸਾਨੂੰ ਪਤਾ ਅਸੀਂ ਸ਼ਾਂਤੀ ਨਾਲ ਇਲੈਕਸ਼ਨ ਹੋਵੇ ਸਾਨੂੰ ਉਹਦੇ ਵਿੱਚ ਪਤਾ ਵੀ ਸਾਡੀ ਜਿੱਤ ਹੈ ਇਹ ਤਾਂ ਕਾਬਰੇ ਹੋਏ ਜਾਣ ਕੇ ਕਰਿਆ ਆ ਕਲਾਉਣਾ ਚਾਹੀਦਾ ਆ ਕਰੋਧਣਾ ਚਾਹੀਦਾ ਸਾਨੂੰ ਗਵਰਨਮੈਂਟ ਦੇ ਉੱਪਰ ਵਿਸ਼ਵਾਸ ਹੈ ਚੋਣ ਕਮਿਸ਼ਨ ਤੇ ਪੂਰਾ ਵਿਸ਼ਵਾਸ ਹੈ ਉਹ ਸਾਫ਼ ਸੁਥਰੀਆਂ ਚੋਣਾਂ ਪੰਜਾਬ ਚੋਣ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਇਹੀ ਮਨਸ਼ਾ ਜੀ ਠੀਕ ਹੈ ਜੋਸ਼ੀ ਜੀ ਮੇਰਾ ਸਵਾਲ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਹੀ ਕਿਉਂਕਿ ਤੁਸੀਂ ਕਾਲੇ ਤੰਦ ਦੀ ਗੱਲ ਕੀਤੀ ਹੈ ਕਿ ਕਾਲੇ ਤੰਦ ਦੇ ਖਿਲਾਫ ਇੱਕ ਲੰਬੀ ਲੜਾਈ ਚੱਲ ਰਹੀ ਹੈ ਤੁਹਾਨੂੰ ਲੱਗਦਾ ਕਿ ਇਹ ਜੋ ਚੋਣ ਕਮਿਸ਼ਨ ਦੇ ਸੁਧਾਰ ਨੇ ਇਸ ਤਰ੍ਹਾਂ ਦੇ ਨਾਲ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਬਲੈਕ ਮਨੀ ਦਾ ਇਸਤੇਮਾਲ ਹੁੰਦਾ ਆ ਰਿਹਾ ਉਸ ਨੂੰ ਵਿਠਾਲ ਪੈਗੀ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਚੋਣਵਾ ਦੇ ਅੰਦਰ ਮੈਂ ਬਲੈਕ ਮਨੀ ਸ਼ਬਦਾਂ ਦੀ ਪ੍ਰਯੋਗ ਕਰਾਂਗਾ ਜਿਹੜਾ ਪੈਸੇ ਦਾ ਜਿਹੜਾ ਰੋਲ ਹੈ ਉਹ ਕੱਟਣਾ ਚਾਹੀਦਾ ਹੈ ਇਲੈਕਸ਼ਨ ਕਮਿਸ਼ਨ ਨੇ ਜੋ ਲਿਮਟ ਟਰੂ ਸਪਿਰਿਟਸ 'ਚ ਬਣਾਈ ਹੈ ਉਹਦੇ ਅੰਦਰ ਹੀ ਇਲੈਕਸ਼ਨ ਹੋਣੇ ਚਾਹੀਦੇ ਨੇ ਹੁਣ ਇਲੈਕਸ਼ਨ ਕਮਿਸ਼ਨ ਦਾ ਇੱਕ ਬਹੁਤ ਵੱਡਾ ਰਿਕਮੈਂਡੇਸ਼ਨ ਹੈ ਕਿ ਜਿਹੜੀ ਤੁਸੀਂ ਅਨੋਨਿਮਸ ਡੋਨੇਸ਼ਨ ਹੈ ਉਹ 2000 ਤੋਂ ਘਟਾ ਕੇ 2000 ਤੱਕ ਕਰਤੀ ਕਿ ਬਹੁਤ ਛਾ ਵੈਲਕਮ ਮਤਲਬ ਵੈਲਕਮ ਹੋ ਗਏ ਉਹਨਾਂ ਦਾ ਸੁਜੈਸ਼ਨ ਹੈ ਇਹੋ ਜੀ ਉਹਨਾਂ ਨੇ ਹੋਰ ਵੀ ਸੁਜੈਸ਼ਨ ਦਿੱਤੇ ਜਿਵੇਂ ਕਿ ਜਿਹੜੀ ਪੋਲੀਟੀਕਲ ਪਾਰਟੀਆਂ ਹੈ ਆਪਣੇ ਅਕਾਊਂਟ ਨੂੰ ਰੈਗੂਲਰਲੀ ਆਡਿਟ ਕਰਵਾਉਣ ਐਨਵਲੀ ਆਡਿਟ ਕਰਕੇ ਆਪਣੀ ਰਿਪੋਰਟ ਸਬਮਿਟ ਕਰ ਰਹਿ ਇਸ ਤਰ੍ਹਾਂ ਹੀ ਉਹਨਾਂ ਨੇ ਜਿਹੜਾ ਇਲੈਕਟ੍ਰੋਨਿਕ VOTING ਮਸ਼ੀਨਸ ਹੈ ਕਿਉਂਕਿ ਗਵਰਨਮੈਂਟ ਨੇ ਇੱਕ ਆਈਡੀਆ ਪ੍ਰੋਪੋਜ਼ ਕੀਤਾ ਹੈ ਕਿ ਕੇਂਦਰ ਦੇ ਔਰ ਸਟੇਟ ਦੇ ਚੋਣ ਇਕੱਠੇ ਕਰਾਤੇ ਜਾਣ ਤਾਂ ਕਿ ਲੋਕਾਂ ਦਾ ਮਿਨੀਮਮ ਉਹ ਲੋਕਾਂ ਦੇ ਉੱਪਰ ਮਿਨੀਮਮ ਭਾਰ ਪਵੇ ਔਰ ਮਿਨੀਮਮ ਸਮਾਂ ਬਰਬਾਦ ਹੋਵੇ ਉਹਦ ਨੂੰ ਉਹਦੇ ਮੱਦੇ ਨਜ਼ਰ ਵੀ ਉਹਨਾਂ ਨੇ ਸ਼ਾਇਦ ਤਿਆਰੀ ਸ਼ੁਰੂ ਕਰਤੀ ਹੈ ਔਰ ਕੇਂਦਰ ਸਰਕਾਰ ਨੇ ਲਗਭਗ ਕੁਝ ਹਜ਼ਾਰ ਕਰੋੜ ਰੁਪਏ ਉਹਨਾਂ ਨੂੰ 109 ਕਰੋੜ ਰੁਪਏ ਰਿਲੀਜ਼ ਵੀ ਕੀਤਾ ਹੈ ਤਾਂ ਕਿ ਉਹ EVM ਖਰੀਦਣੋਂ 3-4 파ਟਸ ਚ ਰਿਲੀਜ਼ ਹੋਗਾ ਪਹਿਲੀ ਕਿਸ਼ਤ ਉਹ ਨਾ ਰਿਲੀਜ਼ ਵੀ ਕਰਤੀ ਹੈ ਸੋ ਇਹੋ ਜਿਹੇ ਜਿੰਨੇ ਕਦਮ ਨੇ ਜਿਹਦੇ ਰਾਹੀਂ ਦੇਸ਼ ਦੇ ਅੰਦਰ ਚੋਣਾਂ ਚ ਟਰਾਂਸਪੈਰੈਂਸੀ ਆਂਦੀ ਹੈ ਜਿਹਦੇ ਰਾਹੀਂ ਇੱਕ ਆਮ ਆਦਮੀ ਇੱਕ ਟੀਚਰ ਇੱਕ ਇੱਕ ਛੋਟਾ ਬਿਜ਼ਨਸਮੈਨ ਇੱਕ ਜਿਹੜਾ ਹੈ ਸਟੂਡੈਂਟ ਜਾਂ ਇੱਕ ਗਰੀਬ ਆਦਮੀ ਜਿਹੜਾ ਹੈ ਉਹ ਚੋਣ ਲੜਨ ਦੀ ਹਿੰਮਤ ਦਿਖਾ ਸਕੇ ਚੋਣ ਲੜ ਸਕੇ ਔਰ ਲੋਕਾਂ ਨੂੰ ਜੇ ਠੀਕ ਲੱਗਦਾ ਹੈ ਉਹ ਚੁਣ ਕੇ ਆ ਸਕੇ ਇਹਨਾਂ ਚੋਣਾਂ ਦੇ ਅੰਦਰ ਪੈਸੇ ਦਾ ਜਿਹੜਾ ਰੋਲ ਹੈ ਜਿਹੜਾ ਈਵਨ ਮੈਂ ਤੁਸੀਂ ਬਲੈਕ ਮਨੀ ਦੇ ਪਾਸੇ ਕੋਈ ਜਿਹੜਾ ਵਾਈਟ ਮਨੀ ਮਲ ਪੈਸੇ ਬਹੁਬਲ ਜੀ ਕੋ ਬਹੁਤ ਪੈਸਾ ਹੈ ਉਧਰ ਜਿਹੜਾ ਰੋਲ ਹੈ ਉਹ ਰੋਲ ਖਤਮ ਹੋਣਾ ਚਾਹੀਦਾ ਹੈ ਠੀਕ ਹੈ ਔਰ ਉਹਦੇ ਵਾਸਤੇ ਜਿਹੜਾ ਇਲੈਕਸ਼ਨ ਕਮਿਸ਼ਨ ਹੁਣ ਪ੍ਰਪੋਜ਼ ਕਰ ਰਿਹਾ ਹੈ ਲੌ ਕਮਿਸ਼ਨ ਕੋਲ ਪੈਂਡਿੰਗ ਹੈ ਮੈਨੂੰ ਲੱਗਦਾ ਇਹ ਚੀਜ਼ਾਂ ਜਦ ਸਾਰੀ ਇੰਪਲੀਮੈਂਟ ਹੋ ਜਾਣਗੀਆਂ ਕਿਤੇ ਨਾ ਕਿਤੇ ਜਿਹੜਾ ਸਾਰਾ ਦੇਸ਼ ਦਾ ਚੋਣ ਹੈ ਜਿਹੜਾ ਕਿ ਟੀ ਐਨ ਸੈਸ਼ਨ ਦੇ ਟਾਈਮ ਤੋਂ ਸ਼ੁਰੂ ਹੋਈ ਰਿਫਾਰਮਸ ਹੈ ਉਹ ਕਿਤੇ ਨਾ ਕਿਤੇ ਮੋਰ ਇਫੈਕਟਿਵ ਮੋਰ ਹੋ ਜਾਣਗੇ ਉਹ ਮੋਦੀ ਜਿਹੜਾ ਸੁਪਨਾ ਹੈ ਕਿ ਕਾਮ ਆਦਮੀ ਇੱਕ ਗਰੀਬ ਆਦਮੀ ਜਿਹੜਾ ਚੋਣ ਲੜ ਸਕੇ ਉਹ ਸੁਪਨਾ ਉਹਨਾਂ ਦਾ ਪੂਰਾ ਹੋਏਗਾ ਠੀਕ ਹੈ ਰਿੰਪਲ ਮੈਂ ਦੱਜ ਇੱਕ ਇੱਕ ਸੁਝਾਅ ਜੋ ਹੈ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਇੱਕ ਉਮੀਦਵਾਰ ਇੱਕ ਸੀਟ ਤੇ ਹੀ ਚੋਣ ਲੜੇ ਇੱਕ ਤੋਂ ਜ਼ਿਆਦਾ ਸੀਟਾਂ ਤੇ ਨਾ ਲੜੇ ਕੀ ਇਹ ਵਾਜਬ ਹੈ ਬਿਲਕੁਲ ਬਿਲਕੁਲ ਪਹਿਲਾਂ ਤਾਂ ਮੈਂ ਜੋਸ਼ੀ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਟੀਐਨ ਸੈਸ਼ਨ ਨੂੰ ਯਾਦ ਕੀਤਾ ਇੱਕ ਕਰੋੜ ਰੁਪਏ ਫਾਰਮ ਦੇ ਵਿੱਚ ਇਨੀਸ਼ੀਏਟ ਕਰਨ ਵਿੱਚ ਉਹਨਾਂ ਦਾ ਬਹੁਤ ਸਨਮਾਨ ਨਾਲ ਉਹਨਾਂ ਦਾ ਨਾਮ ਲਿਆ ਜਾਂਦਾ ਪਰ ਜਿਹੜੀ ਇਹ ਗੱਲ ਤੁਸੀਂ ਕਹੀ ਹੈ ਬਿਲਕੁਲ ਇਹ ਬਿਲਕੁਲ ਵਾਜਬ ਹੈ ਕਿ ਦੇਖੋ ਅੱਜ ਕਿਸੇ ਵੀ ਵਿਅਕਤੀ ਨੇ ਜਦੋਂ ਚੋਣ ਲੜਨੀ ਹੈ ਤਾਂ ਉਹ ਇਹ ਸੋਚਦਾ ਹੈ ਕਿ 1 ਕਰੋੜ ਰੁਪਏ ਤਾਂ ਘੱਟੋ ਘੱਟ ਹੋਣਾ ਚਾਹੀਦਾ ਹੈ ਜਿਹੜਾ ਤਾਂ ਕਿ ਉਹ ਚੋਣ ਮੈਦਾਨ ਵਿੱਚ ਨਿੱਤਰ ਸਕੇ ਇਹ ਜਿਹੜੀ ਗੱਲ ਹੈ ਇਹ ਇਸ ਇਹਨਾਂ ਵਜ੍ਹਾ ਨਾਲ ਹੀ ਹੈ ਕਿ ਜੋ ਆਪਣਾ ਮੈਂ ਇਹ ਗੱਲ ਕਹਿ ਰਿਹਾ ਕਿ ਜਿਹੜਾ ਚੋਣ ਕਮਿਸ਼ਨਰ ਨੂੰ ਕੁਝ ਇਹ ਵੀ ਨਿਰਧਾਰਤ ਕਰਨਾ ਚਾਹੀਦਾ ਹੈ ਕਿ ਜਿਹੜੀ ਇਹ ਸੂਬੇ ਦੇ ਵਿੱਚ ਜਿਹੜੀਆਂ ਉਹ ਰੈਲੀਆਂ ਜਿਨ੍ਹਾਂ ਨਾਲ ਜਿਹੜੀ ਟ੍ਰੈਫਿਕ ਦੀ ਜਿਹੜੀ ਆ ਅਸਤਵਿਅਸਤ ਹੋ ਜਾਂਦਾ ਜਿਸ ਦਿਨ ਕਿਤੇ ਵੀ ਰੈਲੀ ਹੋਵੇ ਔਰ ਲੋਕ ਤੰਗ ਔਰ ਪਰੇਸ਼ਾਨ ਹੁੰਦੇ ਹਨ ਜਿਹੜੇ ਕੋਈ ਰੈਲੀ ਚ ਨਹੀਂ ਜਾਣਾ ਚਾਹੁੰਦੇ ਉਹਨਾਂ ਲਈ ਵੀ ਉਸ ਦਿਨ ਇੱਕ ਹੌਲੀਡੇ ਵਾਲਾ ਦਿਨ ਬਣ ਜਾਂਦਾ ਹੈ ਔਰ ਉਸ ਲਈ ਵੀ ਕਿਤੇ ਨਾ ਕਿਤੇ ਨਿਰਧਾਰਤ ਹੋਣਾ ਚਾਹੀਦਾ ਹੈ ਕਿ ਜਿਹੜੀਆਂ ਪਾਰਟੀਆਂ ਆ ਇਹ ਜਿਹੜੀਆਂ ਵੱਡੀ ਰੈਲੀ ਆ ਉਹਨਾਂ ਦੀ ਜਿਹੜੀ ਹੈ ਗਿਣਤੀ ਡਿਸਾਈਡ ਹੋਣੀ ਚਾਹੀਦੀ ਆ ਬੂ 1 ਜਾਂ 2 ਜਾਂ 3 ਇਸ ਤੋਂ ਵੱਧ ਵੱਡੀਆਂ ਰੈਲੀਆਂ ਕੋਈ ਵੀ ਪਾਰਟੀ ਨਹੀਂ ਕਰ ਸਕੇਗੀ ਔਰ ਨਾਲ ਦੇ ਨਾਲ ਜਿਹੜਾ ਇੱਕ ਵਿਅਕਤੀ ਇੱਕ ਹੀ ਹਲਕੇ ਤੋਂ ਚੋਣ ਲੜੇ ਇਹ ਬਹੁਤ ਜ਼ਰੂਰੀ ਹੈ ਇਸ ਦੇ ਨਾਲ ਕਿਹਾ ਕਿ ਇੱਥਾ ਜਿਹੜਾ ਜਿਸ ਨੂੰ ਆਪਾਂ ਕਹਿ ਸਕਦੇ ਪ੍ਰੋਪਰ ਜਿਹੜਾ ਉਹ ਇਲੈਕਸ਼ਨ ਕੰਟੈਸਟ ਨਹੀਂ ਹੁੰਦਾ ਔਰ ਦੂਸਰੀ ਗੱਲ ਇਹ ਹੈ ਕਿ ਕਿਸੇ ਹੋਰ ਵਿਅਕਤੀ ਦਾ ਕਿਸੇ ਹੋਰ ਰੀਪ ਜਿਸ ਨੇ ਹੋਰ ਰਿਪਰੈਜ਼ੈਂਟ ਕਰਨਾ ਉਸ ਦਾ ਵੀ ਕਿਤੇ ਨਾ ਕਿਤੇ ਹੱਕ ਮਾਰਿਆ ਜਾਂਦਾ ਤਾਂ ਸੋ ਇਸ ਲਈ ਜਿਹੜਾ ਜੋ ਵੀ ਹੈ ਇਹ ਇਹ ਸਮਾਜ ਉਹ ਹੈ ਜਿਸ ਤਰੀਕੇ ਨਾਲ ਚੇਂਜ ਹੋ ਰਿਹਾ ਹੈ ਜਿਸ ਤਰੀਕੇ ਨਾਲ ਮਾਡਰਨਾਈਜੇਸ਼ਨ ਆ ਰਹੀ ਹੈ ਉਸ ਤਰੀਕੇ ਨਾਲ ਇਸ ਵੇਲੇ ਇਲੈਕਟਰਲ ਰਿਫਾਰਮ ਬਹੁਤ ਜ਼ਰੂਰੀ ਨੇ ਔਰ ਇਸ ਲਈ ਇਸ ਦੇ ਉੱਤੇ ਟੁਕਵਾਂ ਸਮੇਂ ਤੇ ਔਰ ਵੱਧ ਤੋਂ ਵੱਧ ਕੰਮ ਹੋਣਾ ਚਾਹੀਦਾ ਠੀਕ ਹੈ ਗੁਰਪ੍ਰਤਾਪ ਜੀ ਤੁਹਾਡੀ ਕੀ ਰਾਏ ਇਸ ਤੇ ਇੱਕ ਉਮੀਦਵਾਰ ਇੱਕ ਟਿਕਟ ਸਾਰੇ ਸਹਿਮਤ ਹੈ ਜੀ ਖਰਚਾ ਬਿਲਕੁਲ ਜੀ ਸਹੀ ਰਾਏ ਹੈਗੀ ਸਾਰਿਆਂ ਦੀ ਇੱਕ ਜਿਹੜਾ ਇਲੈਕਸ਼ਨ ਖਰਚੇ ਦੀ ਸਾਰੇ ਗੱਲ ਕਰ ਰਹੇ ਅਸੀਂ ਵੀ ਇਸ ਤੇ ਸਹਿਮਤ ਆ ਵੀ ਇਲੈਕਸ਼ਨ ਖਰਚਾ ਇਲੈਕਸ਼ਨ ਆਮ ਬੰਦੇ ਦੀ ਪਹੁੰਚ ਵੀ ਹੋਵੇ ਦੇਖਣ ਚ ਆਇਆ ਅੱਜ ਕਿਤੇ ਵੀ ਤੁਸੀਂ ਦੇਖ ਲੋ ਜਿਹੜਾ ਪੇਪਰ মিডিਆ ਹੋ ਗਿਆ ਪੋਸਟਰਸ ਹੋ ਗਏ ਬੈਨਰਸ ਹੋ ਗਏ ਰੈਲੀਆਂ ਹੋ ਗਈਆਂ ਇਲੈਕਸ਼ਨਸ ਦੇ ਉੱਪਰ ਹੱਦੋਂ ਵੱਧ ਖਰਚ ਹੁੰਦਾ ਵਾ ਇਹ ਵਾਕਈ ਗੱਲ ਸਹੀ ਹੈ ਵੀ ਕਾਮ ਆਦਮੀ ਦੀ ਪਹੁੰਚ ਤੋਂ ਇਹ ਸਭ ਕੁਝ ਬਾਹਰ ਹੁੰਦਾ ਜਾ ਰਿਹਾ ਅਸੀਂ ਸਾਰੀਆਂ ਹੀ ਪਾਰਟੀਆਂ ਇਸ ਗੱਲ ਤੇ ਸਹਿਮਤ ਹੈ ਜਿੰਨੀ ਇਲੈਕਸ਼ਨ ਕਮਿਸ਼ਨ ਵੱਲੋਂ ਇਸ ਦੇ ਉੱਪਰ ਰੋਕ ਲਾਈ ਜਾਊਗੀ ਸ਼ਕਤੀ ਹੋਊਗੀ ਉਹੀ ਅੱਛਾ ਜੀ ਅਸੀਂ ਤੇ ਆਪ ਚਾਹੁੰਦੇ ਆ ਵੀ ਜਿੰਨਾ ਇਲੈਕਸ਼ਨ ਤੇ ਘੱਟ ਖਰਚਾ ਹੋਊਗਾ ਸਾਰਿਆਂ ਦੇ ਫਾਇਦਾ ਸਾਰੀਆਂ ਪਾਰਟੀਆਂ ਦਾ ਫਾਇਦਾ ਪਰ ਵੇਖੋ ਵੇਖੀ ਹਾਲਾਤ ਬਣਦੇ ਜਾਂਦੇ ਜਦੋਂ ਕੰਪੀਟੀਸ਼ਨ 'ਚ ਕੋਈ ਕਰਦਾ ਤੇ ਤੁਹਾਨੂੰ ਕਿਦਾਂ ਹੋਊਗਾ ਤਾਂ ਓਕੇ ਸੌਕੇ ਹੋ ਕੇ ਉਸ ਕੈਂਡੀਡੇਟ ਨੂੰ ਵੀ ਉਹਦੇ ਲੈਵਲ ਤੇ ਜਾਂ ਉਸ ਤੋਂ ਅੱਗੇ ਜਾਣ ਵਾਸਤੇ ਦੌੜ ਲੱਗੀ ਆ ਜਿਹੜੀ ਉਹਦਾ ਇੰਤਜ਼ਾਮ ਕਰਨਾ ਪੈਂਦਾ ਜੀ ਠੀਕ ਹੈ ਗੁਰਪ੍ਰਤਾਪ ਜੀ ਮੇਰਾ ਸਵਾਲ ਇੱਕ ਵਾਰ ਫਿਰ ਤੋਂ ਤੁਹਾਡੇ ਤੋਂ ਹੀ ਹੈ ਕਿ ਕੀ ਇੱਕ ਉਮੀਦਵਾਰ ਜੋ ਹੈ ਦੋ ਸੀਟਾਂ ਤੋਂ ਜ਼ਿਆਦਾ ਇੱਕ ਸੀਟ ਤੋਂ ਜ਼ਿਆਦਾ ਕੀ ਉਸ ਨੂੰ ਮਿਲਣੀ ਚਾਹੀਦੀ ਹੈ ਚੋਣ ਲੜਨ ਦੇ ਲਈ ਕਿ ਅਕਾਲੀ ਦਲ ਇਸ ਦੇ ਖਿਲਾਫ ਹੈ ਦੇਖੋ ਜੀ ਉਹਦੇ ਨਾਲ ਤੇ ਅਸੀਂ ਤੇ ਇਹੀ ਚਾਹੁੰਦੇ ਹਾਂ ਵੀ ਇੱਕ ਕੈਂਡੀਡੇਟ ਜਿਹੜਾ ਇੱਕ ਥਾਂ ਤੋਂ ਹੀ ਇਲੈਕਸ਼ਨ ਲੜੇ ਕਿਉਂਕਿ ਜਦੋਂ ਦੋ ਥਾਵਾਂ ਤੋਂ ਕੋਈ ਵੀ ਕੈਂਡੀਡੇਟ ਜ਼ਿਆਦਾਤਰ ਤੇ ਦੇਖੋ ਵੱਡੇ ਲੋਕ ਜਿਹੜੇ ਆ ਵੱਡੇ ਪਾਰਟੀਆਂ ਦੇ ਨੁਮਾਇंदे ਆ ਉਹੀ ਇਸ ਤੇ ਲੜਦੇ ਆ ਉਹ ਦੁਬਾਰਾ ਫਿਰ ਉਸ ਤੇ ਇੱਕ ਥਾਂ ਤੋਂ ਅਸਤੀਫਾ ਦੇ ਕੇ ਕਈ ਵਾਰੀ ਦੋਵਾਂ ਥਾਵਾਂ ਤੋਂ ਜੇ ਕੰਮ ਜਾ ਵੋ ਜਾਣ ਠੀਕ ਹੈ ਤੇ ਇੱਕ ਥਾਂ ਤੋਂ ਅਸਤੀਫਾ ਦੇ ਕੇ ਖਾਲੀ ਹੁੰਦੀ ਆ ਫਿਰ ਚੋਣ ਦੁਬਾਰਾ ਹੁੰਦੀ ਆ ਸੋ ਅਸੀਂ ਤੇ ਇਸ ਜੀ ਆ ਵੀ ਇੱਕ ਬੰਦਾ ਇੱਕੋ ਥਾਂ ਤੋਂ ਇਲੈਕਸ਼ਨ ਲੜੇ ਉਹ ਵੀ ਵਧੀਆ ਜੀ ਠੀਕ ਹੈ ਵਿਨੀਤ ਜੋਸ਼ੀ ਜੀ ਮੈਂ ਇੱਕ ਵਾਰ ਫਿਰ ਤੋਂ ਇਲੈਕਸ਼ਨ ਰਿਫਾਰਮਸ ਤੇ ਆ ਵਾਪਸ ਆਉਂਗੀ ਕਿਉਂਕਿ ਹਜੇ ਸਿਰਫ ਸਿਫਾਰਸ਼ਾਂ ਪਹੁੰਚੀਆਂ ਨੇ ਚੋਣ ਕਮਿਸ਼ਨ ਦਿਆ ਤੇ ਜੇ ਇਸ ਬਾਰੇ رائے ਮੰਗੀ ਜਾਂਦੀ ਹੈ ਵੱਖ-ਵੱਖ ਪਾਰਟੀਆਂ ਤੋਂ বিজেপি ਦੇ ਕੋਲ رائے ਪਹੁੰਚਦੀ ਤਾਂ বিজেপি ਕੀ ਸਾਰੀਆਂ ਹੀ ਸਿਫਾਰਸ਼ਾਂ ਮੰਨੇਗੀ ਜਾਂ ਕੋਈ ਸਿਫਾਰਸ਼ ਹੈ ਜਿਸ ਤੇ ਇਤਰਾਜ਼ ਵੀ ਹੈ ਦੇਖੋ ਜੋ ਕੁਝ ਸਾਨੂੰ ਲੌਜੀਕਲ ਲੱਗੇਗਾ ਜੋ ਕੁਝ ਸਾਨੂੰ ਟਰਾਂਸਪੇਰੈਂਸੀ ਲਿਆਉਣ ਵਾਸਤੇ ਠੀਕ ਲੱਗੇਗਾ ਉਹਨਾਂ ਹਰ ਗੱਲ ਦਾ ਸੀ ਸਮਰਥਨ ਕਰਦੇ ਆਂ ਮੈਂ ਤਾਂ ਕੁਝ ਗੱਲਾਂ ਹੋਰ ਵੀ ਐਡ ਆਨ ਕਰਨਾ ਚਾਹਾਂਗਾ ਕਿ ਮੇਰੀ ਨਿੱਜੀ ਰਾਏ ਹੋ ਸਕਦੀ ਹੈ ਪਾਰਟੀ ਦੀ ਰਾਏ ਸੇ ਬਣ ਸਕਦੀ ਹੈ ਕਿ ਜਿਵੇਂ ਹੀ ਚੋਣ ਜਾਬਤਾ ਲਾਗੂ ਹੁੰਦਾ ਹੈ ਉਸ ਤਰ੍ਹਾਂ ਹੀ ਸ਼ਰਾਬ ਦੇ ਠੇਕੇ ਜਿਹੜੇ ਆ ਉਹ ਬੰਦ ਕਰ ਦੇਣੇ ਚਾਹੀਦੇ ਨੇ ਕਿਉਂਕਿ ਤੁਹਾਨੂੰ ਧਿਆਨ ਹੋਏਗਾ ਕਿ ਜਿਹੜਾ ਲਿਕਰ ਹੈ ਜਿਹੜਾ ਸ਼ਰਾਬ ਹੈ ਇਹਦਾ ਵੀ ਚੋਣਵਾ ਦੇ ਅੰਦਰ ਇੱਕ ਬਹੁਤ ਵੱਡਾ ਰੋਲ ਹੈ ਔਰ ਜਿਵੇਂ ਅਸੀਂ ਬਾਕੀ ਸਭ ਚੀਜ਼ਾਂ ਕਰਦੇ ਹਾਂ ਉਸਾਂ ਇਹਨਾਂ ਨੂੰ ਵੀ ਬੰਦ ਕਰ ਦੇਣਾ ਚਾਹੀਦਾ ਹੈ ਜਦ ਤੱਕ ਕਿ ਪੋਲਿੰਗ ਨਹੀਂ ਹੋ ਜਾਂਦੀ ਕਿਉਂਕਿ ਇਹਦੇ ਨਾਲ ਇਹਦੇ ਕਰਨ ਦੇ ਨਾਲ ਹੀ ਬਹੁਤ ਸਾਰੀ ਚੀਜ਼ਾਂ ਠੀਕ ਹੋਣ ਗਿਆ ਦੂਸਰਾ ਕਿਤੇ ਨਾ ਕਿਤੇ ਲੋਕਾਂ ਦੇ ਅੰਦਰ ਵੀ ਅਵੇਅਰਨੈਸ ਇਨਕਰੀਜ਼ ਕਰਨੀ ਚਾਹੀਦੀ ਹੈ ਲੋਕਾਂ ਦੇ ਅੰਦਰ ਅਵੇਅਰਨੈਸ ਇਨਕਰੀਜ਼ ਕਰਨੀ ਚਾਹੀਦੀ ਹੈ ਇਸ ਗੱਲ ਦੀ ਕਿ ਵੀ ਇਹ ਚੋਣਾ ਨੇ ਇਹ ਚੋਣਾਂ 'ਚ ਅਸੀਂ ਕਿਸੇ ਲਾਲਚ 'ਚ ਨਾ ਆਈਏ ਅਸੀਂ ਕਿਸੇ ਗੱਲ 'ਚ ਨਾ ਆਈਏ ਇਹਨਾਂ ਚੋਣਾਂ ਦੇ ਦੌਰਾਨ ਅਸੀਂ ਜਿਹੜਾ ਹੈਗਾ ਜਿਹੜਾ ਜੋ ਸਾਨੂੰ ਬੈਸਟ ਲੱਗੇ ਜੋ ਠੀਕ ਲੱਗੇ ਅਸੀਂ ਉਹਨੂੰ ਵੋਟ ਕਰੀਏ ਕਿਸੇ ਲਾਲਚ 'ਚ ਨਾ ਆਈਏ ਮੈਂ ਕਈ ਵਾਰ ਆਬਜ਼ਰਵ ਕਰਦਾ ਕਈ ਸਾਰੀ ਚੋਣਾਂ ਮੈਨੂੰ ਦੇਖਣ ਦਾ ਮੌਕਾ ਮਿਲਿਆ ਹੈ ਕਿ ਕਈ ਵਾਰ ਜਿਹੜਾ ਕੈਂਡੀਡੇਟ ਹੈ ਉਹ ਵੋਟਰ ਡਰਾਈਵਨ ਹੋ ਜਾਂਦਾ ਜਿਵੇਂ ਇੱਕ ਕੈਂਡੀਡੇਟ ਕਰ ਰਿਹਾ ਉਹ ਉਹਦਾ ਦੂਜੇ ਦਾ ਗਰੁੱਪ ਮੰਗਲ ਲੱਗ ਪੈਂਦੇ ਔਰ ਚੀਜ਼ਾਂ ਬਹੁਤ ਸਾਰੀਆਂ ਐ ਜੜੀਆਂ ਹਿਲ ਜਾਂਦੀ ਐ ਔਰ ਉਹ ਸਾਰੀ ਚੀਜ਼ਾਂ ਜੜੀਆਂ ਐ ਚੋਣ ਜੜੀ ਐ ਬੰਦੇ ਦੇ ਮਲਿਕ ਕੈਂਡੀਡੇਟ ਇਮਾਨਦਾਰ ਕੈਂਡੀਡੇਟ ਜੜਾ ਕਿ ਆਪਣੀ ਜ਼ਿੰਦਗੀ ਇਮਾਨਦਾਰੀ ਜਿੰਦਾ ਇਮਾਨਦਾਰ ਪੈਸਾ ਕਮਾਉਂਦਾ ਉਹਦੇ ਹੱਥੋਂ ਉਹ ਬਾਹਰ ਨਿਕਲ ਜਾਂਦੀ ਐ ਇਹ ਜਿੱਤੇ ਸ਼ਰਾਬ ਤੇ ਰੋਕ ਲਗਣੀ ਚਾਹੀਦੀ ਹੈ ਸ਼ਰਾਬ ਮਹੌਜਨਾ ਸੇਲ ਬਿਲਕੁਲ ਬਚੌਣ ਜਾਬਤਾ ਨਾਉਂਸ ਹੋਏ ਨਾਲ ਜਿਵੇਂ ਸਰਕਾਰੀ ਗੱਡੀਆਂ ਮੰਤਰੀਆਂ ਵਿਡਰੋਅ ਹੁੰਦੀ ਹੈ ਟਰੈਵਲ ਠੇਕੇ ਬੰਦ ਹੋ ਜਾਣ ਦੂਸਰਾ ਜਿਵੇਂ ਅੱਜਕੱਲ ਡੀਮੋਨਟਾਈਜੇਸ਼ਨ ਕਰਕੇ ਕੈਸ਼ ਵਿਡਰੋਅ ਤੇ ਜਿਹੜੀ ਹੈ ਰੋਕ ਲੱਗੀ ਹੈ ਉਸ ਤਰ੍ਹਾਂ ਹੀ ਉਹਨਾਂ ਦਿਨਾਂ ਦੇ ਅੰਦਰ ਕੈਸ਼ ਜੀ ਕੈਸ਼ ਵਿਡਰਾਅਲ ਤੇ ਵੀ ਜਣੀ ਰੋਕ ਲਗਣੀ ਚਾਹੀਦੀ ਹੈ ਦੇਖੋ ਇਧਰ ਜੀ ਜੀ ਮੈਂ ਬਾਰ ਬਾਰ ਕਹੂੰਗਾ ਐਨਡੀਏ ਸ਼ਰਮੋ ਨਿਕਲ ਦਲ ਭਾਜਪਾ ਸਾਡੇ ਸਾਰੇ ਭਾਈ ਵਾਲੇ ਐਨਡੀਏ ਦੇ ਅਸੀਂ ਇਸ ਗੱਲ ਦੇ ਪੱਖਤਾਰ ਆ ਕਿ ਚੋਣਾਂ ਦੀ ਰਿਫਾਰਮਸ ਇਸ ਲੈਵਲ ਤੱਕ ਹੋਣੀ ਚਾਹੀਦੀ ਹੈ ਕਿ ਜਿਹੜਾ ਆਮ ਆਦਮੀ ਜਿਹੜਾ ਹੈ ਚਾਹ ਵਾਲਾ ਰੇੜੀ ਵਾਲਾ ਫਰੂਟ ਵਾਲਾ ਵੀ ਚੋਣਾਂ ਲੜਨ ਦੀ ਹਿੰਮਤ ਦਿਖਾ ਸਕੇ ਆਸੀਂ ਇਸ ਲੈਵਲ ਤੱਕ ਚੋਣਾਂ ਦੇ ਰਿਫਾਰਮਸ ਨੂੰ ਲੈ ਕੇ ਜਾਣਾ ਚਾਹੁੰਦੇ ਆ ਠੀਕ ਹੈ ਮੁਸ਼ਕਲ ਹੋਏਗਾ ਲੇਕਿਨ ਅਸੀਂ ਨੂੰ 100% ਉਸ ਲੈਵਲ ਤੱਕ ਲਿਜਾ ਕੇ ਕਿਤਨਾ ਕਿਤੇ ਇਹਨੂੰ ਅਸੀਂ ਇੰਪਲੀਮੈਂਟ ਕਰਵਾਣ ਦੀ ਕੋਸ਼ਿਸ਼ ਵੀ ਕਰਾਂਗੇ ਹੁਣ ਇਲੈਕਸ਼ਨ ਕਮਿਸ਼ਨ ਵੱਲੋਂ ਸੁਝਾਅ ਆਇਆ ਲਾਅ ਕਮਿਸ਼ਨ ਕੋਲ ਪਏ ਆ ਲਾਅ ਕਮਿਸ਼ਨ ਤੋਂ ਬਾਅਦ ਆਨ ਤੋਂ ਬਾਅਦ ਸਰਕਾਰ ਇਸ ਉੱਪਰ ਐਕਟ ਕਰੇਗੀ ਔਰ ਮੋਦੀ ਜੀ ਦੇ ਨਿਯਤ ਮੋਦੀ ਜੀ ਮੋਦੀ ਜੀ ਦੇ ਨਿਯਤ ਤੇ ਕੋਈ ਕੁਐਸਚਨ ਮਾਰਕ ਵੀ ਨਹੀਂ ਹੈ ਔਰ ਕੋਈ ਕੁਐਸਚਨ ਕਰ ਵੀ ਨਹੀਂ ਸਕਦਾ ਠੀਕ ਹੈ ਰਿਫਾਰਮਸ ਦੀ ਗੱਲ ਹੋ ਰਹੀ ਹੈ ਤਾਂ ਮੈਂ ਇਸ ਵਿੱਚ ਆਲੇ ਮੈਂ ਰਿੰਪਲ ਮੇਟਾ ਜੀ ਆ ਰਹੀ ਹਾਂ रिंपल मिट्टा जी मैं इस बचाले मुख्यमंत्री बादल जी जो आज बयान आया मैं उसकी चर्चा भी जरूर करना चाहूंगी क्योंकि वो भी एक इलेक्शन रिफॉर्म ਦਾ ਹਿੱਸਾ ਹੈ ਦਲ ਬਦਲੀ ਦੀ ਜੋ ਸਿਆਸਤ ਹੋ ਰਹੀ ਹੈ ਉਸ ਦੇ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਜਮਹੂਰੀਅਤ ਦਾ ਮਜ਼ਾਕ ਹੈ ਇਸ ਤੇ ਵੀ ਠਲ ਪੈਣੀ ਚਾਹੀਦੀ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਇਸ ਨੂੰ ਵੀ ਜੋ ਹੈ ਉਹ ਇਸ ਇਲੈਕਸ਼ਨ ਰਿਫਾਰਮ ਦੇ ਵਿੱਚ ਸ਼ਾਮਲ ਕਰ ਲੈਣਾ ਚਾਹੀਦਾ ਇੰਦਰਜੀ ਜੀ ਇਹ ਜਿਹੜਾ ਬਿਆਨ ਹੈ ਇਹ ਬਹੁਤ ਸਤਿਕਾਰਯੋਗ ਔਰ ਜਿਨ੍ਹਾਂ ਦਾ ਸਿਆਸੀ ਤਜਰਬਾ ਬਹੁਤ ਜ਼ਿਆਦਾ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਉਹਨਾਂ ਵੱਲੋਂ ਆਇਆ ਹੈ ਪਰ ਮੈਨੂੰ ਇਸ ਜਿਹੜਾ ਮੈਂ ਬਿਆਨ ਸੁਣਿਆ ਔਰ ਇਸ ਨੂੰ ਮੈਂ ਜਦੋਂ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕੀਤੀ ਮੈਨੂੰ ਇਹ ਕਿਸੇ ਵੀ ਤਰੀਕੇ ਨਾਲ ਪੋਸੀਬਲ ਹੀ ਨਹੀਂ ਲੱਗਿਆ ਹੂੰ ਠੀਕ ਹੈ ਨਾ ਇਹ ਤਾਂ ਇਹ ਕੋਈ ਇੱਕ ਇਹੋ ਜਿਹਾ ਕੋਈ ਢੰਗ ਤਰੀਕਾ ਅਪਣਾਇਆ ਹੀ ਨਹੀਂ ਜਾ ਸਕਦਾ ਕਿ ਕੋਈ ਕਿਸੇ ਪਾਰਟੀ ਦੇ ਵਿੱਚ ਜੰਜੀਰਾਂ ਚ ਕਿਸੇ ਨੂੰ ਨਹੀਂ ਬੰਨ ਕੇ ਰੱਖਿਆ ਜਾ ਸਕਦਾ ਤਾਂ ਵਿਚਾਰ ਹੁੰਦਾ ਠੀਕ ਹੈ ਜਿਸ ਦਾ ਕਿਸੇ ਪਾਰਟੀ ਨਾਲ ਵਿਚਾਰ ਜੁੜਦਾ ਔਰ ਉਸ ਪਾਰਟੀ ਦੀ ਸ਼ਾਮਲ ਹੁੰਦਾ ਤੇ ਇਹ ਸਭ ਬਬ ਨਹੀਂ ਹੋ ਸਕਦਾ ਠੀਕ ਹੈ ਜਦੋਂ ਗੁਰਪ੍ਰਤਾ ਜੀ ਆ ਕੇ ਪੜੇ ਤੁਹਾਡੀ ਹਸਤੇ ਉਹ ਉਸ ਪਾਰਟੀ ਨੂੰ ਛੱਡ ਦਿੰਦਾ ਅਗਨੇ ਜੀ ਤੁਸੀਂ ਕੁਝ ਕਹਿ ਰਹੇ ਨੇ ਮਿੱਡਾ ਜੀ 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 ਗੁਰਪ੍ਰਤਾ ਜੀ ਤੁਸੀਂ ਦੇਖੋ ਮੈਂ ਇੱਕ ਗੱਲ ਕਹਿਣਾ ਚਾਹੂੰਗਾ ਅ ਮੈਂ ਇੱਕ ਗੱਲ ਮੇਰੀ ਇੱਕ ਮਿੰਟ ਮੇਰੀ ਹਾਂ ਜੀ ਜੀ ਫਟਾਫਟ ਗੁਰਪ੍ਰਤਾ ਜੀ ਮਿੱਡਾ ਜੀ ਮੇਰੀ ਮੇਰੀ ਕਿਉ ਹੈਗੀ ਆ ਦੇਖੋ ਜੀ ਅੱਜ ਕੱਲ ਲੋਕੀ ਕਹਿ ਦਿੰਦੇ ਆ ਸੇਵਾ ਤੁਸੋਂ ਸਾਡੇ ਅੰਮ੍ਰਿਤਸਰ ਤੋਂ ਨੰਨਜੋਤ ਸਿੰਘ ਸਿੱਧੂ ਜੀ ਤੇ ਮੈਡਮ ਸਿੱਧੂ ਜੀ ਜਾਂ ਹੋਰ ਕਈ ਐਸੇ ਨੇ ਬੰਦੇ ਜਿਹੜੇ ਅੱਜ ਕਾਂਗਰਸ ਚ ਸ਼ਾਮਲ ਹੋ ਰਹੇ ਨੇ ਬਹੁਤ ਦੂਰ ਦੀ ਨਾ ਜਾਈਏ ਮਹੀਨਾ ਡੇਢ ਦੋ ਮਹੀਨੇ ਪਹਿਲਾਂ ਥੇਕਰ ਉਹ ਉਸੇ ਕੈਪਟਨ ਜਿਹੜਾ ਅਮਰਿੰਦਰ ਸਿੰਘ ਨੂੰ ਤੁਸੀਂ ਆਨਲਾਈਨ ਜਾ ਕੇ ਦੇਖ ਲਓ YouTube ਤੇ ਦੇਖ ਲਓ ਪੇਪਰ ਚ ਦੇਖ ਲਓ ਇਸ ਕਾਫੀ ਉਹ ਬੰਦੇ ਸੀ ਜਿਨ੍ਹਾਂ ਨੇ ਕਾਂਗਰਸ ਨੂੰ ਬਹੁਤ ਲੰਮੇ ਹਥੀਲੇ ਲੈਂਦੇ ਰਹੇ ਨੇ ਪਰ ਅੱਜ ਜਦੋਂ ਇੱਥੇ ਹਾਲਾਤ ਬਦਲੇ ਨੇ ਪਾਰਟੀ ਚੇਂਜ ਹੋ ਗਈ ਇੱਕਦਮ ਕੀ ਐਸੀ ਗੱਲ ਹੋ ਜਾਂਦੀ ਹੈ ਵੀ ਉਹੀ ਬੰਦਾ ਸਾਨੂੰ ਮਾੜਾ ਲੱਗਦਾ ਤੇ ਬਾਅਦ ਚ ਸਾਨੂੰ ਉਹੀ ਕਹਿਣ ਲੱਗੇ ਜੀ ਅਸੀਂ ਕਾਂਗਰਸ ਦੀਆਂ ਜਿਹੜੀਆਂ ਗੱਲਾਂ ਮੈਂ ਦੱਸ ਦਿੰਦਾ ਜੀ ਮੈਂ ਦੱਸ ਦਿੰਦਾ ਉਹ ਹੀ ਕੈਪਟਨ ਸਾਹਿਬ ਮੈਂ ਦੱਸ ਦਿੰਦਾ ਕਹਿਣ ਮੈਂ ਦੱਸ ਦਿੰਦਾ ਸੇਮ ਇਦਾਂ ਹੀ ਆ ਜਿਹੜਾ ਕਾਂਗਰਸ ਚੋਂ ਆਊਗਾ ਉਹ ਤੁਹਾਨੂੰ ਕੱਲ੍ਹ ਦਾ ਦੱਸਦਾ ਕਿ ਸਮਾਨੀਆ ਹੋਰ ਮੈਂ ਹੋਣੇ ਦੇ ਪਾਉਂਗੀ ਜੋਸ਼ੀ ਸਾਹਿਬ ਸਿਰਫ 10 ਸੈਕਿੰਡ ਟਿਕਾ ਸਰ ਦੇਖੋ ਮੈਂ ਇਧਰ ਵਾਲੀ ਗੱਲ ਹੋਰ ਜੋੜਨਾ ਚਾਹੂੰਗਾ ਸ਼ਾਇਦ ਆਮ ਆਦਮੀਆਂ ਨੂੰ ਹੀ ਪਤਾ ਉਹ ਹੈ ਮੀਡੀਆ ਬਾਇੰਗ ਦੀ ਇਲੈਕਸ਼ਨਾਂ ਦੇ ਦੌਰਾਨ ਜਿਵੇਂ ਕੁਝ ਮੀਡੀਆ ਹਾਊਸਸ ਮੈਂ ਨਾਮ ਨਹੀਂ ਲੈਣਾ ਚਾਹੂੰਗਾ ਉਹ ਜਿਵੇਂ ਖਬਰਾਂ ਲਗਾਉਂਦੇ ਜਾਂ ਖਬਰਾਂ ਔਨ 에ਅਰ ਚੈਨਲ ਤੇ ਚਲਾਉਂਦੇ ਜਿਹੜੇ ਪੀੜ ਨਿਊਜ਼ ਦਾ ਕਰਦੇ ਨੇ ਉਹਤੇ ਵੀ ਠੱਲ ਪੈਣੀ ਚਾਹੀਦੀ ਹੈ ਉਹਤੇ ਵੀ ਕੰਟਰੋਲ ਹੋਣਾ ਚਾਹੀਦਾ ਇਹ ਸ਼ਰਾਬ ਇਹ ਪੀੜ ਨਿਊਜ਼ ਇਹਨਾਂ ਤੇ ਕੰਟਰੋਲ ਲੱਗੇ ਇਤਨਾ ਸੁਝਾ ਦਿੰਦਾ ਹੈ ਚੋਣ ਟ੍ਰਾਂਸਪੇਰੈਂਟ ਹੋਵੇ ਠੀਕ ਹੈ ਅਸੀਂ ਅਸੀਂ ਉਮੀਦ ਕਰਦੇ ਹਾਂ ਕਿ ਇਹਨਾਂ ਸਾਰੇ ਸੁਝਾਹਾਂ ਤੇ ਜੋ ਹੈ ਅਮਲ ਵੀ ਲਿਆਇਆ ਜਾਵੇ ਚੋਣ ਕਮਿਸ਼ਨ ਨੇ ਜੋ ਸੁਝਾ ਦਿੰਦੇ ਨੇ ਉਸ ਤੇ ਵੀ ਅਮਲ ਹੋਵੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਦਾ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਇਸ ਵਿਚਾਰਲੇ ਜੋ ਅਸੀਂ ਸਵਾਲ ਪੁੱਛਿਆ ਸੀ ਉਸ ਤੇ رائے ਵੀ ਪਹੁੰਚ ਚੁੱਕੀ ਹੈ ਸਵਾਲ ਸੀ ਕਿ 20 ਤਾਂ ਤੁਹਾਡਾ ਪਰਵਾਹ ਹੁੰਗਾ ਮੇਰੇ 96% ਦਰਸ਼ਕਾਂ ਨੇ ਹਾਂ ਚ ਜਵਾਬ ਦਿੱਤਾ ਹੈ ਯਾਨੀ ਕਿ 96% ਦਰਸ਼ਕ ਚਾਹੁੰਦੇ ਨੇ ਕਿ ਚੋਣਾ ਇੱਕ ਗੇੜ ਦੇ ਵਿੱਚ ਹੀ ਹੋਣ ਜਦ ਕਿ 4% ਦਰਸ਼ਕਾਂ ਨੇ ਨਾ ਚਾਹੁੰਣਾ ਜੋ ਹੈ ਨਿਰਪੱਖ ਤਰੀਕੇ ਨਾਲ ਪਾਰਦਰਸ਼ਤਾ ਦੇ ਨਾਲ ਹੋਣ ਤੇ ਇਸ ਦੇ ਲਈ ਜੋ ਹੈ ਜਿੰਨੇ ਬਦਲਾਹਾਂ ਦੀ ਲੋੜ ਹੈ ਉਹਨਾਂ ਬਦਲਾਵਾਂ ਤੇ ਵਿਚਾਰ ਵੀ ਕੀਤਾ ਜਾਏ ਤੇ ਉਹ ਬਦਲਾਅ ਵੀ ਹੋਣ। ਹਾਲ ਦੇ ਲਈ ਮੁੱਦੇ ਕੀ ਬਾਤ ਚ ਲੈ ਇਜਾਜ਼ਤ ਦਿਓ ਸਰਵਾਨ।